हरप्रीत सिंह, एनएस वॉलंटियर, गवर्नमेंट सीनियर सेकेंडरी स्कूल अंबालेटा, कौमी सेवा योजना हुशियारपुर। मैं तुम्हें एक वीडियो राही दसना चाहता कि कोरोना वायरस किमें एक व्यक्ति तो दूजे व्यक्ति में फैलता है। मान लो कि आ एक व्यक्ति की लड़ी है, कोरोना वायरस किमें एक व्यक्ति तो दूजे व्यक्ति के संपर्क में आके फैलता है। मान लो इस व्यक्ति ने कोरोना होया है, इस संपर्क में आने वाले बाकी व्यक्ति किमें कोरोना के मरीज बनते हैं। ਤੁਹਾਨੂੰ ਇਸ ਵੀਡੀਓ ਰਾਹੀਂ ਪਤਾ ਲੱਗ ਗਿਆ ਹੋਵੇਗਾ ਕਿ ਕਿਵੇਂ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਕੋਰੋਨਾ ਵਾਇਰਸ ਫੈਲਦਾ ਹੈ। ਇਸ ਕੋਰੋਨਾ ਵਾਇਰਸ ਬਿਮਾਰੀ ਤੋਂ ਕਿਵੇਂ ਬਚਿਆ ਜਾ ਸਕਦਾ? ਮੈਂ ਤੁਹਾਨੂੰ ਇਸੇ ਤਰੀਕੇ ਨਾਲ ਦੱਸੂੰਗਾ ਕਿ ਕੋਰੋਨਾ ਵਾਇਰਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਜਿਵੇਂ ਇਸ ਵਿਅਕਤੀ ਨੂੰ ਕੋਰੋਨਾ ਵਾਇਰਸ ਹੋਇਆ, ਜਿਵੇਂ ਤੁਹਾਨੂੰ ਪਤਾ ਹੈ ਕਿ ਇਸ ਇੱਕ ਵਿਅਕਤੀ ਦੇ ਲੜੀ ਵਿੱਚ ਹੜ ਜਾਣ ਤੋਂ ਬਾਅਦ ਬਾਕੀ ਸਾਰੇ ਵਿਅਕਤੀ ਇਸ ਕੋਰੋਨਾ ਦੀ ਵੱਡੀ ਬਿਮਾਰੀ ਤੋਂ ਬਚ ਸਕਦੇ ਹਨ। ਅਸੀਂ ਇਸ ਤਰ੍ਹਾਂ ਹੀ ਇਸ ਬਿਮਾਰੀ ਤੋਂ ਬਚ ਸਕਦੇ ਹਾਂ। ਸਾਨੂੰ ਉਮੀਦ ਕਰਦਾ ਹਾਂ ਕਿ ਤੁਸੀਂ ਆਪਣੇ ਘਰਾਂ ਵਿੱਚ ਰਹੋ ਅਤੇ ਇਸ ਬਿਮਾਰੀ ਨਾਲ ਵੱਧ ਤੋਂ ਵੱਧ ਲੜਨ ਦੀ ਕੋਸ਼ਿਸ਼ ਕਰੋ। ਜੈ ਹਿੰਦ।